ਸਾਡੇ ਗੱਦੀ ਨਸ਼ੀਨ ਸਾਈਂ ਬਾਬਾ ਬੂਟੇ ਸ਼ਾਹ ਜੀ, ਜਿਨ੍ਹਾਂ ਦੇ ਪਿਆਰ ਸਦਕਾ ਸਾਰੀ ਸੰਗਤ ਤੇ ਸਾਰੇ ਸੇਵਾਦਾਰ ਪਹੁੰਚਦੇ ਨੇ, ਸਾਰੇ ਕਲਾਕਾਰ ਪਹੁੰਚਦੇ ਨੇ। ਸੋ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਾਡੇ ਸਾਈਂ ਸਾਈਂ ਸੁਰਜੀਤ ਸਾਹਿਬ ਜੀ, ਸਾਈਂ ਪਵਿੱਤਰ ਸਾਹਿਬ ਜੀ ਤੇ ਹੋਰ ਵੀ ਜਿੰਨੀਆਂ ਸਰਕਾਰਾਂ ਪਹੁੰਚੀਆਂ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਨਿਰਮਲ ਲਿਮਾ ਸੰਦੀਪ ਸੋਨੀਆ ਮਿਊਜ਼ੀਕਲ ਗਰੁੱਪ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੇ ਸਾਰੇ ਹੀ ਜਿੰਨੇ ਵੀ ਸੇਵਾਦਾਰ ਆ, ਕਿਉਂਕਿ ਵਿਚਾਰੇ ਆਪਣਾ ਕੀਮਤੀ ਸਮਾਂ ਛੱਡ ਕੇ ਦਰਬਾਰ ਤੇ ਪਹੁੰਚਦੇ ਨੇ ਤੇ ਹਾਜ਼ਰੀਆਂ ਲਵਾਉਂਦੇ ਨੇ ਦਰਬਾਰ ਦੇ ਉੱਤੇ ਆ ਕੇ, ਸਾਰੀ ਸੰਗਤ ਦੇ ਲੰਗਰ ਚਾਹ ਪਾਣੀ ਦਾ ਪ੍ਰਬੰਧ ਕਰਨੇ ਤੇ ਬਾਈ ਨਿਹਾਲਾ ਜੀ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਤਹਿ ਦਿਲ ਤੋਂ ਧੰਨਵਾਦ ਆ, ਕਿਉਂਕਿ ਰਹਿਮਤ ਹੋਈ ਅੱਜ ਉਹਨਾਂ 'ਤੇ, ਉਹਨਾਂ ਨੇ ਵੀ ਇਸ ਦਰਬਾਰ 'ਤੇ ਕੌਫੀ ਦੇ ਲੰਗਰ ਲਗਾਏ ਆ ਅਤੇ ਸਾਈਂ ਮਾਣਕ ਸ਼ਾਹ ਜੀ ਉਹਨਾਂ ਦੀ ਹਰ ਕੰਮ ਮਨੋਕਾਮਨਾ ਪੂਰੀ ਕਰਨ ਅਤੇ ਸਾਡੇ ਬਾਈ ਜੋਬਨ ਕਿਊਨ ਕੰਪਨੀ ਦੇ ਬਾਈ ਬਲਵਿੰਦਰ ਉੱਪਲ ਜੀ ਉਹਨਾਂ ਦਾ ਪਰਿਵਾਰ ਪਹੁੰਚਿਆ, ਉਹ ਵੀ ਹਾਜ਼ਰੀ ਲਵਾ ਕੇ ਚਲੇ ਗਏ ਨੇ ਅਤੇ ਜਿੰਨੇ ਵੀ ਕਲਾਕਾਰ ਸਾਈਆਂ ਦੇ ਦਰਬਾਰ 'ਤੇ ਸਾਈਆਂ ਦੇ ਦਰਬਾਰ ਦੀ ਸੋਭਾ ਕਰਨ ਆਏ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਕਿਉਂਕਿ ਜਿਹੜੇ ਆ ਕੇ ਰੌਣਕ ਨੂੰ ਵਧਾਉਂਦੇ ਨੇ ਦਰਬਾਰ 'ਤੇ ਪਹੁੰਚਦੇ ਨੇ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕੁਝ ਕੁ ਹਾਜ਼ਰੀਆਂ ਦੇ ਨਾਲ ਦਰਬਾਰ 'ਤੇ ਹਾਜ਼ਰੀ ਲਵਾਉਣ ਲੱਗਿਆ, ਬੋਲੀਏ ਸਾਚੇ ਦਰਬਾਰ ਕੀ। ਸਾਰਿਆਂ ਨੇ ਰਲ ਮਿਲ ਕੇ ਅਰਦਾਸ ਕਰਨੀ ਹੈ ਸਾਈਂ ਦੇ ਦਰਬਾਰ 'ਤੇ ਕੀ ਕਹਿਣਾ, ਨਾ ਮੈਂ ਰਾਜਿਆਂ 'ਚ ਆਵਾਂ ਨਾ ਵਜ਼ੀਰਾਂ ਵਿੱਚ ਆਵਾਂ, ਨਾ ਮੈਂ ਵੱਡਾ ਸਾਹੂਕਾਰ ਨਾ ਅਮੀਰਾਂ ਵਿੱਚ ਆਵਾਂ। ਸੋ ਬਹੁਤ ਸੋਹਣੀ ਹਾਜ਼ਰੀ ਸਾਡੇ ਮੇਰਾ ਵੱਡਾ ਭਰਾ ਪਰਵੇਜ਼ ਅਲੀ ਉਹ ਦਰਬਾਰ 'ਤੇ ਲਵਾਏ ਗਏ ਨੇ, ਪਰਮਾਤਮਾ ਉਹਨਾਂ ਦੀ ਵੀ ਹਰ ਮਨੋਕਾਮਨਾ ਪੂਰੀ ਕਰੇ। ਨਾ ਮੈਂ ਰਾਜਿਆਂ 'ਚ ਆਵਾਂ ਨਾ ਵਜ਼ੀਰਾਂ ਵਿੱਚ ਆਵਾਂ, ਨਾ ਮੈਂ ਵੱਡਾ ਸ਼ਾਹੂਕਾਰ ਨਾ ਅਮੀਰਾਂ ਵਿੱਚ ਆਵਾਂ, ਸਾਰੀ ਦੁਨੀਆ ਤੋਂ ਵੱਡਾ ਸਾਰੀ ਦੁਨੀਆ ਤੋਂ ਵੱਡਾ ਤੇਰੇ ਦਰ ਦਾ ਗੁਲਾਮ ਏ, ਕਰ ਲਈ ਕਬੂਲ ਇਹ ਗਰੀਬ ਦੀ ਸਲਾਮ ਏ, ਕਰ ਲਈ ਕਬੂਲ ਇਹ ਗਰੀਬ ਦੀ ਸਲਾਮ ਏ। ਜਿਹੜੇ ਵੀ ਆਪਾਂ ਦਰਬਾਰ 'ਤੇ ਜਾਈਏ ਉੱਥੇ ਨਿਬਾਣੇ ਹੋ ਕੇ ਜਾਣਾ ਪੈਂਦਾ, ਨੀਵੇਂ ਹੋ ਕੇ ਜਾਣਾ ਪੈਂਦਾ। ਸੋ ਬਹੁਤ ਸਾਰਾ ਮਾਣ ਸਾਡੇ ਮਾਤਾ ਜੀ ਸਾਡਾ ਕਰਕੇ ਗਏ ਨੇ, ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਕਿ ਬਾਰ ਪਰਾਈਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰ ਲੈ, ਕਿ ਹੇ ਪਰਮਾਤਮਾ ਜੇ ਤੂੰ ਮੈਨੂੰ ਰੱਖਣਾ ਤਾਂ ਆਪਣੇ ਚਰਨਾਂ ਦੇ ਵਿੱਚ ਰੱਖ ਲਈ, ਤੇ ਐਦਾਂ ਨਾ ਹੋਵੇ ਕਿ ਮੈਨੂੰ ਦਰ ਦਰ ਧੱਕੇ ਖਾਣੇ ਪੈਣ, ਇਹੋ ਜਿਹੇ ਧੱਕੇ ਖਾਣ ਦੇ ਨਾਲੋਂ ਇਹੋ ਜਿਹੀ ਜ਼ਿੰਦਗੀ ਦੇ ਨਾਲੋਂ ਤਾਂ ਮੈਂ ਮਰਿਆ ਹੀ ਚੰਗਾ। ਸੋ ਜਿਹੜੇ ਵੀ ਦਰਬਾਰ 'ਤੇ ਜਾਈਏ ਕਹਿੰਦਾ ਜਦੋਂ ਸਾਈਆਂ ਦੀ ਨਜ਼ਰ ਅਨੈਤ ਹੋ ਜੇ ਤਾਂ ਕਾਇਆ ਪਲਟ ਜਾਂਦੀ ਭੁੱਜੇ ਦਾਣਿਆਂ ਦੀ,
ਰੱਖ ਸਬਰ ਇਮਾਨ ਯਕੀਨ ਪੱਕਾ ਤੇ ਸੁਣੀ ਜਾਂਦੀ ਹੈ ਨੀਵੇਂ ਨਵਾਣਿਆਂ ਦੀ ਜਿਹੜੇ ਵੀ ਦਰਬਾਰ ਤੇ ਜਾਂਦੇ ਨੇ ਸੋ ਨੀਵੇਂ ਹੋ ਕੇ ਜਾਇਆ ਕਰੋ ਪਰਮਾਤਮਾ ਸਭ ਕੁਝ ਦਿੰਦਾ ਤੇਰੇ ਦਰ ਤੇ ਜੋ ਆਉਂਦਾ ਸਭ ਆਪ ਪੜ ਲੈਣਾ ਜਿਹਦੀ ਨੀਤ ਹੋਵੇ ਸਾਫ ਉਹਦੀ ਬਾਹ ਫੜ ਲੈਣਾ ਜਿਹਦੀ ਨੀਤ ਹੋਵੇ ਸਾਫ ਉਹਦੀ ਬਾਹ ਫੜ ਲੈਣਾ ਮੇਰੀ ਕੋਈ ਨਾ ਔਕਾ ਮੇਰੀ ਕੋਈ ਨਾ ਔਕਾਤ ਕੇ ਵਜੂਦ ਗੁਮਨਾਮੇ ਕਰ ਲੀ ਕਬੂਲ ਤੇ ਗਰੀਬ ਦੀ ਸਲਾਮੇ ਕਰ ਲੀ ਕਬੂਲ ਤੇ ਗਰੀਬ ਦੀ ਸਲਾਮੇ ਲੱਗ ਜਾਵੇ ਦੀਵਾ ਬੁਝਿਆ ਮੁਕਦਰਾਂ ਦਾ ਫੇਰ ਜਗ ਜਾਵੇ ਤੇਰੇ ਚਰਨਾਂ ਦੀ ਧੂੜ ਮੇਰੇ ਮੱਥੇ ਲੱਗ ਜਾਵੇ ਦੀਵਾ ਬੁਝਿਆ ਮੁਕਦਰਾਂ ਦਾ ਫੇਰ ਜਗ ਜਾਵੇ ਅਸੀਂ ਹੋ ਜਾਂਗੇ ਆਵਾਜ਼ ਅਸੀਂ ਹੋ ਜਾਂਗੇ ਆਵਾਜ਼ ਤੇਰੇ ਲਈ ਗੱਲ ਆਵੇਂ ਕਰ ਲੀ ਕਬੂਲ ਤੇ ਗਰੀਬ ਦੀ ਸਲਾਮੇ ਕਰ ਲੀ ਕਬੂਲ ਤੇ ਗਰੀਬ ਦੀ ਸਲਾਮੇ ਸਾਰਾ ਮਾਣ ਸਾਡੇ ਸਾਈਂ ਬਾਬਾ ਬੂਟੇ ਸ਼ਾਹ ਜੀ ਕਿਉਂਕਿ ਉਹਨਾਂ ਦੀ ਬੜੀ ਰਹਿਮਤ ਆ ਸਾਡੇ 'ਤੇ ਉਹ ਸਾਡਾ ਮਾਣ ਕਰਕੇ ਗਏ ਨੇ ਕਿ ਸਾਈਂ ਬਾਬਾ ਮਾਣਕ ਸ਼ਾਹ ਜੀ ਉਹਨਾਂ 'ਤੇ ਆਪਣਾ ਰਹਿਮਤ ਭਰਿਆ ਹੱਥ ਰੱਖਣ ਅਤੇ ਕਦੇ ਵੀ ਜਿਹੜਾ ਤੁਸੀਂ ਲੰਗਰ ਸਕਦੇ ਹੋ ਉਹਦੇ ਵਿੱਚ ਕਦੇ ਵੀ ਤੋੜ ਨਾ ਆਵੇ ਪਰਮਾਤਮਾ ਐਸੀ ਰਹਿਮਤ ਰੱਖੇ ਤੇਰੇ ਕਰਨੇ ਦੀਦਾਰ ਲੈ ਕੇ ਆਇਆ ਹਾਂ ਮੈਂ ਯਾਰ ਲੱਗੀ ਸ਼ਫੀ ਦੇ ਲੈਣਾ ਨੂੰ ਤੇਰੇ ਦੀਦ ਦੀ ਪਿਆ ਤੇਰੇ ਕਰਨੇ ਦੀਦਾਰ ਲੈ ਕੇ ਆਇਆ ਹਾਂ ਮੈਂ ਆਸ ਲੱਗੀ ਸ਼ਫੀ ਦੇ ਲੈਣਾ ਨੂੰ ਤੇਰੀ ਦੀਦ ਦੀ ਪਿਆ ਤੇਰਾ ਕੁਕਰੀ ਮੈਂ ਮੇਰੀ ਤੇਰੇ ਹੱਥ ਚ ਲਗਾਵੇਂ ਕਰ ਲੀ ਕਬੂਲ ਗਰੀਬ ਦੀ ਸਲਾਮੇ ਕਰ ਲੀ ਕਬੂਲ ਏ ਗਰੀਬ ਦੀ ਸਲਾਮੇ ਕਰ ਲੀ ਕਬੂਲ ਏ ਗਰੀਬ ਦੀ ਸਲਾਮੇ ਕਰ ਲੀ ਕਬੂਲ ਏ ਗਰੀਬ ਦੀ ਸਲਾਮੇ ਬੋਲੀਏ ਸਾਚੇ ਦਰਬਾਰ ਕੀ ਹੁਣ ਮੈਂ ਤੇ ਸੰਦੀਪ ਰਲ ਕੇ ਦਰਬਾਰ ਤੇ ਹਾਜ਼ਰੀ ਲਵਾਵਾਂਗੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਹੁਕਮ ਹੋਵੇਗਾ ਉਸ ਤਰ੍ਹਾਂ ਦਰ 'ਤੇ ਹਾਜ਼ਰੀ ਲਵਾਵਾਂਗੇ।
ਸੋ ਦਰਬਾਰ ਦੇ ਪੱਕੇ ਸੇਵਾਦਾਰ ਹਰ 11ਵੀਂ ਦੇ ਵਿੱਚ ਦਰਬਾਰ ਦੇ ਵਿੱਚ ਹਾਜ਼ਰੀ ਭਰਦੇ ਆ। ਬਾਬਾ ਜੀ ਤਰੱਕੀਆਂ ਬਖਸ਼ੇ ਇਹਨਾਂ ਨੂੰ ਆਪਣੇ ਦਰਬਾਰ ਦੀ ਹਾਜ਼ਰੀ ਬਖਸ਼ਣ। ਔਰ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਜਿੰਨੇ ਵੀ ਦਰਬਾਰ ਦੇ ਸੇਵਾਦਾਰ ਨੇ, ਬੜੀ ਸ਼ਰਧਾ ਭਾਵ ਨਾਲ ਦਰਬਾਰ ਦੇ ਵਿੱਚ ਸੇਵਾ ਕਰਦੇ। ਬਾਬਾ ਜੀ ਤਰੱਕੀਆਂ ਬਖਸ਼ਣ। ਔਰ ਜਿੰਨੇ ਵੀ ਕਲਾਕਾਰ ਇਸ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਆ, ਸਾਡੇ ਵੱਲੋਂ ਸਾਰਿਆਂ ਨੂੰ ਦਰਬਾਰ ਦੇ ਪਹੁੰਚਣ ਲਈ ਜੀ ਆਏ ਕਹਿੰਦੇ ਜੀ, ਕਿਉਂਕਿ ਅਸੀਂ ਦਰਬਾਰ ਦੇ ਸੇਵਾਦਾਰ, ਆਪਾਂ ਕੋਈ ਕਲਾਕਾਰ ਨਹੀਂ ਬਣ ਕੇ ਆਉਂਦੇ। ਬਾਬਾ ਜੀ ਸਾਰਿਆਂ ਦੀ ਹਾਜ਼ਰੀਆਂ ਕਬੂਲ ਕਰੇ। ਸੋ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀਆਂ ਜਿੱਦਾਂ ਵੀ ਬਾਬਾ ਜੀ ਨੇ ਬਖਸ਼ੀਆਂ। ਔਰ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਸਾਡੇ ਇਸ ਦਰਬਾਰ ਦੇ ਜਿਹੜੇ ਲੇਖਕੇ ਨੇ ਜੀ, ਸਾਡੇ ਬਾਬਾ ਜੀ ਨੇ ਬੜੀਆਂ ਤਰੱਕੀਆਂ ਜਿਨ੍ਹਾਂ ਨੂੰ ਬਖਸ਼ੀਆਂ ਨੇ, ਉਹਨਾਂ ਦੇ ਕਲਮਾਂ ਦੇ ਵਿੱਚੋਂ ਬੜੀ ਬੜੀ ਅੱਛੇ ਅੱਛੇ ਕਲਾਕਾਰ ਨੇ ਜਿਨ੍ਹਾਂ ਦੀ ਕਲਮ ਦੇ ਗੀਤ ਗਾਏ ਨੇ ਸਾਡੇ ਭੋਲਾ ਹਲਵਾਰ ਜੀ। ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਜੀ, ਉਹਨਾਂ ਦਾ ਵੀ ਹਰ 11ਵੀਂ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰਦੇ ਨੇ। ਸ਼ੁਕਰਗੁਜ਼ਾਰ ਕਰਦੇ ਆ ਜਦੋਂ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀ, ਬਾਬਾ ਜੀ ਦਰਬਾਰ ਦੇ ਵਿੱਚ ਹਾਜ਼ਰੀ। ਸੋ ਇੱਕ ਵਾਰੀ ਜਿੰਨੀ ਵੀ ਦਰਬਾਰ ਦੇ ਵਿੱਚ ਸੰਗਤ ਬੈਠੀ ਆ ਸਾਡੀਆਂ ਭੈਣਾਂ, ਤਾਂ ਤੁਹਾਡਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ। ਅਸੀਂ ਇੰਨੀ ਠੰਡ ਦੇ ਵਿੱਚ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਇਸ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਵਾਸਤੇ, ਤੁਹਾਡੀ ਹਾਜ਼ਰੀ ਬਾਬਾ ਜੀ ਆਪਣੇ ਚਰਨਾਂ ਦੇ ਵਿੱਚ ਕਬੂਲ ਕਰੇ, ਤੁਹਾਨੂੰ ਤਰੱਕੀ ਬਖਸ਼ੇ। ਸੋ ਇੱਕ ਵਾਰੀ ਬਾਬਾ ਜੀ ਦੇ ਨਾਮ ਤੇ ਹੱਥ ਉੱਪਰ ਕਰਕੇ ਤਾੜੀ ਲਾ ਦਿਓ ਜੀ। ਬੋਲੀ ਸੱਚੇ ਦਰਬਾਰ ਕੀ, ਸੱਚੀ ਸਰਕਾਰ ਕੀ, ਜੈ ਹੋ। ਸੋ ਹਾਜ਼ਰੀ ਤੁਹਾਡੇ ਚਰਨਾਂ ਦੇ ਵਿੱਚ, ਕਿਉਂਕਿ ਜਿਹੜਾ ਫਰਵਰੀ ਦਾ ਮਹੀਨਾ ਆਉਣ ਵਾਲਾ ਸੀ, ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਦੇ ਪਵਿੱਤਰ ਜਿਹੜੇ ਨਗਰ ਕੀਰਤਨ ਹੁਣ ਚੱਲਣੇ, ਬਾਬਾ ਜੀ ਦਰਬਾਰ ਦੇ ਵਿੱਚ ਹਾਜ਼ਰੀਆਂ ਕਰਮਾਂ ਵਾਲੇ ਭਾਗਾਂ ਵਾਲੇ ਨੇ ਲਵਾਉਣੇ। ਸੋ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਹਾਜ਼ਰੀ ਆਪਾਂ ਲਵਾ ਦਈਏ, ਉਸ ਤੋਂ ਬਾਅਦ ਸਾਈ ਮਾਣਕ ਸ਼ਾਹ ਦਰਬਾਰ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਵਾਂਗੇ। ਬੋਲੀ ਸੱਚੇ ਦਰਬਾਰ ਕੀ, ਖੁਸ਼ੀਆਂ ਵਿੱਚ ਤੁਸੀਂ ਖੇੜਿਆਂ ਵਿੱਚ, ਤੁਸੀਂ ਸਦਾ ਗਰੀਬ ਦੇ ਬੇੜਿਆਂ ਵਿੱਚ। ਗੁਲਾਮੀ ਦੇ ਸੰਗਲ ਤੋੜ ਦਿੱਤੇ, ਕਿੱਡਾ ਜੇਰਾ ਤੇਰਾ ਮੇਰੇ ਸਤਿਗੁਰ ਕੰਸੀ ਵਾਲੇ ਆ, ਸ਼ੁਕਰਾਨਾ ਤੇਰਾ ਮੇਰੇ ਸਤਿਗੁਰ ਕੰਸੀ ਵਾਲੇ ਆ।
ਕਿਉਂਕਿ ਮੇਰਾ ਸਤਿਗੁਰ ਰਵਿਦਾਸ ਮਹਾਰਾਜ ਉਸ ਸਮੇਂ ਦੇ ਵਿੱਚ ਸਾਡੇ ਵਰਗੇ ਲੋਕਾਂ ਦੀ ਜਿਹਨੇ ਬਾਹ ਫੜੀ ਉਸ ਸਮੇਂ ਦੇ ਵਿੱਚ ਊਚ ਨੀਚ ਦੀ ਕੰਧ ਸੀ ਜਿਹੜੀ ਦੀਵਾਰ ਸੀ ਬੜੀ ਵੱਡੀ ਉਸਦੇ ਲੋਕਾਂ ਨੇ ਫੈਲਾਈ ਹੋਈ ਸੀ ਧਰਮ ਦੇ ਵੱਡੇ ਠੇਕੇਦਾਰਾਂ ਨੇ ਕਿਉਂਕਿ ਜਿਹੜੇ ਸਾਡੇ ਵਰਗੇ ਨੀਚ ਕੌਮ ਦੇ ਲੋਕ ਸੀ ਨਾ ਰਵਿਦਾਸ ਲਾ ਲਓ ਮਾਝਵੀ ਸਿੱਖ ਲਾ ਲਓ ਕਿਉਂਕਿ ਇਹਨਾਂ ਦੇ ਇੰਨੇ ਵੱਡੇ ਪੈਰੇ ਲਾਏ ਹੋਏ ਸੀ ਨਾ ਸਮੇਂ ਦੀਆਂ ਸਰਕਾਰਾਂ ਨੇ ਕਹਿੰਦੇ ਜੇ ਨੀਚ ਕੌਮ ਦਾ ਲੋਕ ਜਿਹੜਾ ਵੀ ਉਸ ਰੱਬ ਦਾ ਨਾਮ ਲੈਂਦਾ ਕੋਈ ਸੁਣਿਆ ਗਿਆ ਨਾ ਤਾਂ ਉਹਦੀ ਜੀਭ ਵੱਢ ਦਿਓ ਜੇ ਕੋਈ ਨਾਮ ਲੈਂਦਾ ਸੁਣਿਆ ਗਿਆ ਉਹਦੇ ਕੰਨਾਂ ਦੇ ਵਿੱਚ ਸੋਨੇ ਦੇ ਸਿੱਕੇ ਢਾਲ ਦਿਓ ਕਿ ਅੱਗੇ ਵਾਸਤੇ ਐਡੀ ਗਲਤੀ ਨਾ ਕਰੇ ਜੇ ਕੋਈ ਨਾਮ ਲੈਂਦਾ ਗੁਰਬਾਣੀ ਪੜ੍ਹਦਾ ਦੇਖਿਆ ਗਿਆ ਤਾਂ ਉਹਦੀ ਜੀਭ ਵੱਢ ਦਿਓ ਕਿ ਉਹਨੂੰ ਦੇਖ ਕੇ ਅੱਗੇ ਉਦੋਂ ਦੇਖਣ ਵਾਲਾ ਕੋਈ ਐਡੀ ਗਲਤੀ ਨਾ ਕਰੇ ਉਸ ਸਮੇਂ ਦੀ ਸਰਕਾਰ ਨੇ ਸਾਡੇ ਤੇ ਐਡੀਆਂ ਪਾਬੰਦੀਆਂ ਲਾਈਆਂ ਸੀ ਸਾਡੀ ਕੌਮ ਤੇ ਐਡਾ ਮਾੜਾ ਹਾਲ ਸੀ ਕਿਉਂਕਿ ਸਾਡੇ ਪਿੱਛੇ ਝਾੜੂ ਬੰਨਿਆ ਹੁੰਦਾ ਸੀ ਅੱਗੇ ਕੁੱਜੇ ਬੰਨਿਆ ਹੁੰਦਾ ਸੀ ਕਿ ਜਿੱਥੋਂ ਵੀ ਇਹ ਸੂਤਰ ਲੰਘ ਜਾਵੇ ਇਹ ਚਮਾਰ ਲੰਘ ਜਾਵੇ ਕਿ ਇਹਦੀ ਪੈਰ ਦੇ ਵਿੱਚ ਸਾਡੀ ਕਿਤੇ ਪੈਰ ਨਾ ਰੱਖੀ ਜਾਵੇ ਜਿੱਧਰ ਦੀ ਉਹ ਨੰਗੇ ਨਾ ਜਿਹੜਾ ਇਹਦੇ ਪਿੱਛੇ ਝਾੜੂ ਲੱਗਿਆ ਹੋਇਆ ਤੇ ਆਪਣੀ ਪੈਰ ਸਾਫ ਕਰਦਾ ਜਾਵੇ ਆ ਜਿਹੜਾ ਮੂੰਹ ਦੇ ਵਿੱਚ ਕੁੱਜਾ ਕਿ ਇਹਦੀ ਜਿਹੜੀ ਹਵਾ ਮੂੰਹ ਦੇ ਵਿੱਚ ਆਉਂਦੀ ਹੈ ਨਾ ਸਾਡੇ ਵਿੱਚ ਨਾ ਕਿਤੇ ਲੱਗ ਜਾਵੇ ਜੇ ਕਿਤੇ ਗਲਤੀ ਨਾਲ ਸਾਡੇ ਵਰਗੇ ਲੋਕ ਉਹਨਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਹੁੰਦੇ ਸਾਡੇ ਵੱਲ ਪੈਸਾ ਕੋਈ ਵੱਧ ਘੱਟ ਆ ਜਾਂਦਾ ਸੀ ਅਸੀਂ ਮੋੜਨੇ ਹੁੰਦੇ ਸੀ ਕਹਿ ਦਿੰਦੇ ਸੀ ਪਹਿਲਾਂ ਤਾਂ 10 ਫੁੱਟ ਦੂਰ ਖੜੇ ਹੁੰਦੇ ਸੀ ਫਿਰ ਕਹਿ ਦਿੰਦੇ ਸੀ ਸ਼ੂਦਰਾ ਤੇਰੇ ਵੱਲ ਪੈਸੇ ਵੱਧ ਆ ਕੇ ਥੱਲੇ ਸੁੱਟਦੇ ਤੇ ਅਸੀਂ ਪੈਰ ਨਾਲ ਮਸਲ ਕੇ ਫੇਰ ਚੱਕਾਂਗੇ ਆ ਸਾਡੇ ਜਿਵੇਂ ਹੁਣ ਅਸੀਂ ਬੈਠ ਕੇ ਗੁਰਬਾਣੀ ਪੜ੍ਹਦੇ ਰੱਬ ਦੀ ਬੰਦਗੀ ਕਰਦੇ ਐਡੀ ਸਾਡੀ ਔਕਾਤ ਨਹੀਂ ਸੀ ਪਰ ਉਸ ਸਮੇਂ ਸਾਡੀ ਬਾਂਹ ਕਿਹਨੇ ਫੜੀ ਆ ਸਤਿਗੁਰ ਰਵਿਦਾਸ ਮਹਾਰਾਜ ਨੇ ਉਹਨਾਂ ਠੇਕੇਦਾਰ ਨਾਲ ਮੱਥਾ ਕਿਹਨੇ ਲਾਇਆ ਸਤਿਗੁਰ ਰਵਿਦਾਸ ਮਹਾਰਾਜ ਨੇ ਉਹ ਜਿਹਨੇ ਵੱਡੇ ਵੱਡੇ ਪਾਪੀ ਤਾਰ ਦਿੱਤੇ ਆਖਰ ਦੇ ਵਿੱਚ ਰਾਜੇ ਮਹਾਰਾਜੇ ਵੀ ਉਹਨਾਂ ਦੇ ਕਦਮਾਂ ਦੇ ਵਿੱਚ ਚੁੱਕ ਗਏ ਸੀ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਬੋਲੀ ਸੱਚੇ ਦਰਬਾਰ ਕੀ ਸੋ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਸਾਡੇ ਬੜੇ ਅੱਛੇ ਕਲਾਕਾਰ ਸਵਰਨਮੀਤ ਕੇ ਸੀ ਸਾਡੀ ਮੰਡਲੀ ਦੇ ਮੈਂਬਰ ਨੇ ਸੀ ਕਿਉਂਕਿ ਅਸੀਂ ਜਾਗਰਣ ਦੇ ਵਿੱਚ ਇਕੱਠੇ ਕੰਮ ਕਰਦੇ ਸਾਡੇ ਦਰਬਾਰ ਦੇ ਜਿਹੜਾ ਸਾਡਾ ਦਰਬਾਰ ਹੈ ਇਹਨਾਂ ਦੀ ਗੱਡੀ ਦੇ ਵਿੱਚ ਜਾਂਦਾ ਇੱਕ ਵਾਰੀ ਇਹਨਾਂ ਦੇ ਨਾਮ ਤੇ ਤਾੜੀ ਲਾ ਦਿਓ ਜੀ ਬਹੁਤ ਸਾਰਾ ਮਾਣ ਕਰਕੇ ਕਹਿ ਤਹਿ ਦਿਲੋਂ ਸ਼ੁਕਰ ਗੁਜ਼ਾਰਾਂ ਦੇ ਜੀ ਤੁਸੀਂ ਦੇਸਾਂ ਵਿੱਚ ਪਰਦੇਸਾਂ ਵਿੱਚ
ਸੀ ਕੌਮ ਮੇਰੀ ਦਿਆਂ ਲੇਖਾਂ ਵਿੱਚ ਤੁਸੀਂ ਦੇਸਾਂ ਵਿੱਚ ਪਰਦੇਸਾਂ ਵਿੱਚ ਤੁਸੀਂ ਕੌਮ ਮੇਰੀ ਦਿਆਂ ਲੇਖਾਂ ਵਿੱਚ ਦੁਨੀਆ ਦੀ ਬਖਸ਼ੀ ਹਰ ਮਿਹਨਤ ਤੇਰੇ ਸਿਰ ਸੇਰਾ ਮੇਰੇ ਸਤਿਗੁਰ ਕੰਸੀ ਵਾਲਿਆ ਸ਼ੁਕਰਾਨਾ ਤੇਰਾ ਮੇਰੇ ਸਤਿਗੁਰ ਕੰਸੀ ਵਾਲਿਆ ਸ਼ੁਕਰਾਨਾ ਤੇਰਾ ਅਵਤਾਰ ਜੀ ਜਿਹੜੇ ਕੀਬੋਰਡ ਦੀ ਸੇਵਾ ਕਰ ਰਹੇ ਸੀ ਮਿਊਜ਼ਿਕ ਡਾਇਰੈਕਟਰ ਨੇ ਸੀ ਇਹ ਸੋ ਇਹਨਾਂ ਦੇ ਸਟੂਡੀਓ ਦੇ ਵਿੱਚ ਵੀ ਸਾਡੇ ਕਾਫੀ ਟਰੈਕ ਹੋਏ ਨੇ ਸੋ ਬਾਬਾ ਜੀ ਦੀ ਬਦੌਲਤ ਬਾਬਾ ਜੀ ਦੀ ਕਿਰਪਾ ਨਾਲ ਇਹਨਾਂ ਨੇ ਆਪਣਾ ਸਟੂਡੀਓ ਖੋਲ੍ਹ ਲਿਆ ਸੀ ਸਾਡੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਤਰੱਕੀ ਬਖਸ਼ ਬੜੇ ਅੱਛੇ ਮਿਊਜ਼ਿਕ ਡਾਇਰੈਕਟਰ ਨੇ ਜੀ ਤਹਿ ਦਿਲੋਂ ਸ਼ੁਕਰ ਗੁਜ਼ਾਰ ਕਰਦੇ ਬੋਲੇ ਸੱਚੇ ਦਰਬਾਰ ਕੀ ਔਰ ਸਾਡੇ ਅੱਜ ਨਵੇਂ ਭਗਤ ਵੀ ਆਏ ਨੇ ਜੀ ਸਾਡੇ ਸੰਦੀਪ ਜੀ ਜੋ ਜਿਹੜੀ ਪੈਰ ਦੀ ਸੇਵਾ ਕਰ ਰਹੇ ਸੀ ਤਹਿ ਦਿਲ ਸ਼ੁਕਰ ਗੁਜ਼ਾਰ ਦੇ ਦਰਬਾਰ ਦੇ ਵਿੱਚ ਪਹੁੰਚ ਲਈ ਬਾਬਾ ਜੀ ਤਰੱਕੀਆਂ ਬਖਸ਼ੇ ਪਤਾ ਨਹੀਂ ਬਾਬਾ ਜੀ ਕਿੱਥੋਂ ਕਿੱਥੋਂ ਇਸ ਦਰਬਾਰ ਦੇ ਵਿੱਚ ਭਗਤ ਹਾਜ਼ਰੀ ਲਵਾ ਦਿੰਦੇ ਬਾਬਾ ਜੀ ਦੀ ਬਦੌਲਤੀ ਆ ਜੀ ਬਾਬਾ ਜੀ ਤਾਂ ਧੱਕੇ ਨਾਲ ਹੀ ਦੇ ਦਿੰਦੇ ਅਸੀਂ ਕਹਿੰਦੇ ਗੁੱਸੇ ਹੋ ਜਾਂਦੇ ਆ ਸੋ ਹਾਜ਼ਰੀ
ਕਿਉਂਕਿ ਹੱਸਦਿਆਂ ਦੇ ਘਰ ਵਾਸਤੇ ਤੇ ਰੋਂਦਿਆਂ ਦੇ ਖਾਨੇ ਖਰਾਬ ਹੈ। ਕਹਿੰਦੇ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ। ਸੋ ਜਿਹੜੀ ਵੀ ਦੁੱਖ ਮੁਸੀਬਤ ਆਪਾਂ ਤਾਂ ਇਸ ਬਾਪੂ ਨੂੰ ਸੁਣਾ ਕੇ ਜਾਣਿਆ। ਬੋਲੇ ਸੱਚੇ ਦਰਬਾਰ ਕੀ ਅੱਜ ਜੀ ਕਦਮਾਂ ਵਿੱਚ ਮੈਂ ਸਾਰੀ ਉਮਰ ਬਿਤਾਵਾਂ, ਜੀ ਕਰਦਾ ਤੇਰੇ ਕਦਮਾਂ ਵਿੱਚ ਮੈਂ ਸਾਰੀ ਉਮਰ ਬਿਤਾਵਾਂ। ਮੇਰੇ ਪੀਰ ਹਲਵਾਰੇ ਵਾਲਿਆ ਮੈਂ ਤੇਰੇ ਲੱਖ ਲੱਖ ਸ਼ੁਕਰ ਮਨਾਵਾਂ। ਪੀਰ ਹਲਵਾਰੇ ਵਾਲਿਆ ਮੈਂ ਤੇਰੇ ਲੱਖ ਲੱਖ ਸ਼ੁਕਰ ਮਨਾਵਾਂ। ਪੀਰ ਹਲਵਾਰੇ ਵਾਲਿਆ ਮੈਂ ਤੇਰੇ ਲੱਖ ਲੱਖ ਸ਼ੁਕਰ ਮਨਾਵਾਂ। ਮੈਂ ਸਾਰੀ ਉਮਰ ਬਿਤਾਵਾਂ, ਜੀ ਕਰਦਾ ਤੇਰੇ ਕਦਮਾਂ ਵਿੱਚ ਮੈਂ ਸਾਰੀ ਉਮਰ ਬਿਤਾਵਾਂ। ਫਿਰ ਵੀਰ ਹਲਵਾਰੇ ਵਾਲਿਆ ਮੈਂ ਤੇਰੇ ਲੱਖ ਲੱਖ ਸ਼ੁਕਰ ਮਨਾਵਾਂ। ਵੀਰ ਹਲਵਾਰੇ ਵਾਲਿਆ ਮੈਂ ਤੇਰੇ ਲੱਖ ਲੱਖ ਸ਼ੁਕਰ ਮਨਾ। ਫੁੱਲਾਂ ਵਾਲੇ ਹਾਰ ਬਣਾ ਪੀਰਾਂ ਦੇ ਗਲ ਵਿੱਚ ਪਾਵਾਂ। ਮੇਰੇ ਪੀਰ ਹਲਵਾਰੇ ਵਾਲਿਆ ਮੈਂ ਤੇਰੇ ਲੱਖ ਲੱਖ ਸ਼ੁਕਰ ਮਨਾਵਾਂ। ਪੀਰ ਹਲਵਾਰੇ ਵਾਲਿਆ ਮੈਂ ਤੇਰੇ ਲੱਖ ਲੱਖ ਸ਼ੁਕਰ ਮਨਾਵਾਂ। ਮੇਰੇ ਪੀਰ ਹਲਵਾਰੇ ਵਾਲਿਆ ਮੈਂ ਤੇਰੇ ਲੱਖ ਲੱਖ ਸ਼ੁਕਰ ਮਨਾ। ਦੁਨੀਆ ਕਹਿੰਦੀ ਹੈ
ਜਿੱਥੇ ਦਾਤਾ ਰਹਿਮਤ ਕਰ ਦੇਵੇ ਉੱਥੇ ਘਾਟ ਕੋਈ ਨਾ ਰਹਿੰਦੀ ਏ। ਮੇਰੇ ਮੁਰਸ਼ਦ ਯਾਰ ਗਰੀਬਾ ਦਾ ਏ ਸਾਰੀ ਦੁਨੀਆ ਕਹਿੰਦੀ ਏ, ਜਿੱਥੇ ਦਾਤਾ ਮੁਰਸ਼ਦ ਕਰ ਦੇਵੇ ਉੱਥੇ ਘਾਟ ਕੋਈ ਨਾ ਰਹਿੰਦੀ ਏ। ਹੋ ਜਾਵੇ ਮੇਰੀ ਈਦ ਸੁਹਾਣੀ ਹੋਵੇ, ਮੈਂ ਤਾਜ਼ਾ ਰੱਖਦਾ ਯਾਦਾਂ ਨੂੰ ਨਾ ਪ੍ਰੀਤ ਪੁਰਾਣੀ ਹੋਵੇ, ਮੈਂ ਤਾਜ਼ਾ ਰੱਖਦਾ ਯਾਦਾਂ ਨੂੰ ਨਾ ਪ੍ਰੀਤ ਪੁਰਾਣੀ ਹੋਵੇ। ਤੇਰਾ ਅਸ਼ਵਨੀ ਵਰਮਾ ਸੱਚ ਕਹਿੰਦਾ, ਤੇਰਾ ਅਸ਼ਵਨੀ ਵਰਮਾ ਸੱਚ ਕਹਿੰਦਾ, ਮੈਂ ਜਦੋਂ ਚਰਾਗ ਤੇ ਗਾਵਾਂ ਮੇਰੇ ਪੀਰ ਹਲਵਾਰੇ ਵਾਲਿਆ, ਮੈਂ ਤੇਰੇ ਲੱਖ ਲੱਖ ਸ਼ੁਕਰ ਮਨਾਵਾਂ। ਪੀਰ ਹਲਵਾਰੇ ਵਾਲਿਆ, ਮੈਂ ਤੇਰੇ ਲੱਖ ਲੱਖ ਸ਼ੁਕਰ ਮਨਾਵਾਂ। ਮੇਰੇ ਪੀਰ ਹਲਵਾਰੇ ਵਾਲਿਆ, ਮੈਂ ਤੇਰੇ ਲੱਖ ਲੱਖ ਸ਼ੁਕਰ ਮਨਾਵਾਂ। ਸਾਡੇ ਭੋਲਾ ਹਲਵਾਰਾ ਜੀ ਦੀ ਸੋਹਣੀ ਕਲਮ ਤੋਂ ਲਿਖਿਆ ਹੋਇਆ ਸੀ ਗੀਤ, ਕਿਉਂਕਿ ਅਸੀਂ ਤਾਂ ਇਹਨਾਂ ਦੀ ਕਲਮ ਦੇ ਵਿੱਚੋਂ ਲਿਖੇ ਗਾਉਣੇ ਆ। ਔਰ ਥੋੜ੍ਹੇ ਦਿਨਾਂ ਤੱਕ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਭਜਨ ਆ ਉਹ ਵੀ ਇਹਨਾਂ ਦੀ ਕਲਮ ਦੇ ਵਿੱਚੋਂ ਲਿਖਿਆ ਹੋਇਆ ਸੀ, ਰਿਕਾਰਡ ਕਰਾਉਣਾ ਸੀ, ਉਹ ਵੀ ਤੁਹਾਡੇ ਚੈਨਲ ਦੇ ਵਿੱਚ ਹਾਜ਼ਰੀ ਅਸੀਂ ਲਵਾਵਾਂਗੇ। ਸੋ ਸਾਰਿਆਂ ਨੇ ਸੁਣ ਕੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ, ਕਿਉਂਕਿ ਸਾਡਾ ਜੀ ਸਾਡੇ ਤੇ ਬਾਬਾ ਜੀ ਦੀ ਇੰਨੀ ਕੁ ਬਦੌਲਤ, ਇੰਨੀ ਕੁ ਕਿਰਪਾ ਹੋਈ ਹੈ ਜੀ ਕਿ ਅਸੀਂ ਸੋਚਿਆ ਨਹੀਂ ਸੀ ਕਦੇ ਕਿ ਅਸੀਂ ਇੱਥੇ ਤੱਕ ਪਹੁੰਚ ਜਾਵਾਂਗੇ। ਸਾਡੇ ਨਿਮਾਣਾ ਤੇ ਇੰਨੀ ਕਿਰਪਾ ਕੀਤੀ ਆ, ਆ ਸਾਨੂੰ ਰਾਈਟਰ ਇੰਨੇ ਵਧੀਆ ਦੇ ਦਿੱਤੇ ਔਰ ਸਾਨੂੰ ਮਿਊਜ਼ਿਕ ਡਾਇਰੈਕਟਰ ਇੰਨੇ ਵਧੀਆ ਦੇ ਦਿੱਤੇ ਕਿ ਸਾਡਾ ਪੈਸਾ ਅੱਜ ਤੱਕ ਬਾਬਾ ਜੀ ਨੇ ਕੋਈ ਲੱਗਣ ਨਹੀਂ ਦਿੱਤਾ। ਇੱਕ ਵਾਰੀ ਬਾਬਾ ਜੀ ਦੇ ਨਾਮ ਤੇ ਤਾੜੀ ਲਾ ਦਿਓ ਖੁੱਲ ਕੇ। ਬਾਬਾ ਜੀ ਸਾਰਿਆਂ ਨੂੰ ਤਰੱਕੀ ਬਖਸ਼ੇ, ਬੋਲੇ ਸੱਚੇ ਦਰਬਾਰ ਕੀ ਸੁਖੀ ਕਹਿਣਾ। ਉਹ ਕੰਨ ਲਾ ਕੇ ਸੁਣ ਲੈ ਧਿਆਨ ਨਾਲ ਮੇਰੀ, ਪੀਰਾਂ ਦੇ ਦੁਆਰੇ ਸੇਵਾ ਕਰਨੀ ਹੈ ਆ ਕੇ। ਸੋ ਕਹਿੰਦੀ ਦੇਖ ਆਪਾਂ ਦਰਬਾਰ ਤੋਂ ਆਪਣੇ ਪਿੰਡ ਦੇ ਵਿੱਚ ਬਾਬਾ ਜੀ ਦਾ ਬੜਾ ਸੋਹਣਾ ਬਣਿਆ ਹੋਇਆ, ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਸੰਗਤ ਦਰਬਾਰ ਦੇ ਵਿੱਚ ਸਦਾ ਸਲਾਮ ਕਰਦਾ। ਚਲੋ ਆਪਾਂ ਵੀ ਜਾ ਕੇ ਸਦਾ ਸਲਾਮ ਕਰੀਏ, ਸੇਵਾ ਕਰੀਏ। ਸੋ ਬਾਬਾ ਜੀ ਦਰਬਾਰ ਦੇ ਵਿੱਚ ਹਾਜ਼ਰੀ, ਸੋ ਕੀ ਕਹਿਣਾ। ਉਹ ਕੰਨ ਲਾ ਕੇ ਸੁਣ ਲੈ ਧਿਆਨ ਨਾਲ ਮੇਰੀ, ਕੰਨ ਲਾ ਕੇ ਸੁਣ ਲੈ ਧਿਆਨ ਨਾਲ ਮੇਰੀ, ਕੰਨ ਲਾ ਕੇ ਸੁਣ ਲੈ ਧਿਆਨ ਨਾਲ ਮੇਰੀ, ਪੀਰ ਸੇਵਾ ਦੇ ਦੁਆਰੇ ਆਪਾਂ ਕਰਨੀ ਵੇ ਮੱਥਾ ਟੇਕਣਾ, ਟੇਕਣਾ ਤੇ ਚੌਂਕੀ ਆਪਾਂ ਭਰਨੀ ਵੇ ਮੱਥਾ ਟੇਕਣਾ, ਟੇਕਣਾ ਤੇ ਚੌਂਕੀ ਆਪਾਂ ਭਰਨੀ ਵੇ ਮੱਥਾ ਟੇਕਣਾ। ਕਹਿਣਾ ਸੀ ਮੈਂ ਤੈਨੂੰ ਤੂੰ ਵੀ ਉਹੀ ਗੱਲ ਆਖੀ, ਕਹਿਣਾ ਸੀ ਮੈਂ ਤੈਨੂੰ ਤੂੰ ਵੀ ਉਹੀ ਗੱਲ ਆਖੀ, ਭਾਗਾਂ ਵਾਲੇ ਲੋਕ ਹਾਜ਼ਰੀ ਲਵਾਉਣਗੇ ਦਰੋਂ ਪੀਰਾਂ ਦੇ, ਮੰਗੀਆਂ ਮੁਰਾਦਾਂ ਸਾਰੇ ਦਿਲੋਂ ਪਾਉਣਗੇ ਦਰੋਂ ਪੀਰਾਂ ਦੇ, ਮੰਗੀਆਂ ਮੁਰਾਦਾਂ ਸਾਰੇ ਦਿਲੋਂ ਪਾਉਣਗੇ ਦਰੋਂ ਪੀਰਾਂ ਦੇ। ਕੰਨ ਲਾ ਕੇ ਸੁਣ ਲੈ ਧਿਆਨ ਨਾਲ ਮੇਰੀ, ਕੰਨ ਨਾਲ ਸੁਣ ਲੈ ਧਿਆਨ ਨਾਲ ਮੇਰੀ, ਪੀਰ ਸੇਵਾ ਦੇ ਦੁਆਰੇ ਆਪਾਂ ਕਰਨੀ ਵੇ ਮੱਥਾ ਟੇਕਣਾ, ਟੇਕਣਾ ਤੇ ਚੌਂਕੀ ਆਪਾਂ ਭਰਨੀ ਵੇ ਮੱਥਾ ਟੇਕਣਾ, ਟੇਕਣਾ ਤੇ ਚੌਂਕੀ ਜਾ ਕੇ ਭਰਨੀ ਵੇ।
ਤੈਨੂੰ ਤੂੰ ਵੀ ਉਹੀ ਗੱਲ ਆਖੀ, ਭੈਣਾ ਜੀ ਮੈਂ ਤੈਨੂੰ ਤੂੰ ਵੀ ਉਹੀ ਗੱਲ ਆਖੀ, ਭਾਗਾ ਵਾਲੇ ਲੋਕ ਹਾਜ਼ਰੀ ਲਵਾਉਣਗੇ ਦਰੋਂ ਪੀਰਾਂ ਦੇ, ਪੀਰਾਂ ਦੇ ਮੰਗੀਆਂ ਮੁਰਾਦਾਂ ਸਾਰੇ ਦਿਲੋਂ ਪਾਉਣਗੇ ਦਰੋਂ ਪੀਰਾਂ ਦੇ, ਮੰਗੀਆਂ ਮੁਰਾਦਾਂ ਸਾਰੇ ਦਿਲੋਂ ਪਾਉਣਗੇ ਦਰੋਂ ਪੀਰਾਂ ਦੇ। ਫਲ ਸੇਵਾ ਨੂੰ ਹਮੇਸ਼ਾ ਇੱਥੋਂ ਲੱਗਦੇ, ਜਿਵੇਂ ਕਿਸਮਤ ਵਾਲੇ ਇੱਥੋਂ ਜੱਗਦੇ, ਸੇਵਾਦਾਰਾਂ ਦੇ ਘਰਾਂ 'ਚ ਅੱਜ ਬੂਟੇ ਲਾਉਣਗੇ ਦਰੋਂ ਪੀਰਾਂ ਦੇ, ਮੰਗੀਆਂ ਮੁਰਾਦਾਂ ਸਾਰੇ ਦਿਲੋਂ ਪਾਉਣਗੇ ਦਰੋਂ ਪੀਰਾਂ ਦੇ, ਮੰਗੀਆਂ ਮੁਰਾਦਾਂ ਸਾਰੇ ਦਿਲੋਂ ਪਾਉਣਗੇ ਦਰੋਂ ਪੀਰਾਂ ਦੇ। ਗੀਤਕਾਰ ਦੇ ਖਪੀਰਾਂ ਨੇ ਬਣਾਤਾ ਨੀ ਨਾ ਭੋਲਾ ਹਲਵਾਰਾ ਚਮਕਾਤਾ ਨੀ, ਗੀਤਕਾਰ ਦੇ ਖਪੀਰਾਂ ਨੇ ਬਣਾਤਾ ਨੀ ਨਾ ਭੋਲਾ ਹਲਵਾਰਾ ਚਮਕਾਤਾ ਨੀ, ਸਾਰੇ ਉਹਦੇ ਵਾਂਗੂ ਦੇ ਇਸ਼ਾਰੇ ਦਾ ਦਿਖਾਉਣਗੇ ਦਰੋਂ ਪੀਰਾਂ ਦੇ, ਮੰਗੀਆਂ ਮੁਰਾਦਾਂ ਸਾਰੇ ਦਿਲੋਂ ਪਾਉਣਗੇ ਦਰੋਂ ਪੀਰਾਂ ਦੇ, ਮੰਗੀਆਂ ਮੁਰਾਦਾਂ ਸਾਰੇ ਦਿਲ।